चलो जी हुण आवां, चलो लगे पटाके डब्बी लैके आओ, जाओ लैके जाओ माणे। दो जने ला दो यार, उधर ने पहला है पी ना ला जे, उधर कट्ठी लोनी ही यार, ओनू फड़ा डब्बी ओ लागी। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅਤੇ ਤੁਹਾਡਾ ਵੈਲਕਮ ਆ ਤੁਹਾਡਾ ਸਾਰਿਆਂ ਦਾ ਆਪਣੇ ਯੂਟਿਊਬ ਚੈਨਲ ਨਾਮ ਹੈ ਪੀਪਲਰ ਦੇ ਵਿੱਚ। ਸੋਰੀ ਥੋੜ੍ਹੀ ਸਟਾਰਟਿੰਗ ਇੱਦਾਂ ਦੀ ਕਰਨੀ ਪੈ ਰਹੀ ਆ, ਧੁੰਦ ਵੀ ਅੱਜ ਕਾਫੀ ਪਈ ਆ, ਵਹਾ ਗੋਭੀ ਮੜਿਆ ਕਰਕੇ ਗਾੜੀ, ਅਤੇ ਆਪਾਂ ਬਹੁਤ ਜ਼ਿਆਦਾ ਅੱਗੇ ਵੈਸੇ ਕੰਮ ਤਾਂ ਹੁੰਦਾ ਹੀ ਆ ਨਾ, ਸੋ ਥੋੜ੍ਹਾ ਜਿਹਾ ਬਿਜ਼ੀ ਸੀ ਤਾਂ ਕਰਕੇ ਹੁਣ ਮੜਿਆ ਕੰਮ ਚੱਲੇ, ਅਤੇ ਸੋਚਿਆ ਇੱਦਾਂ ਹੀ ਸਟਾਰਟਿੰਗ ਕਰ ਦਿੰਦੇ ਹਾਂ। ਅਤੇ ਅੱਜ ਆਪਣੇ ਘਰੇ ਆ ਅਖੰਡ ਪਾਠ ਸਾਹਿਬ ਦਾ ਭੋਗ, ਅਤੇ ਥੋੜ੍ਹਾ ਬਹੁਤ ਸਮਾਨ ਸਮੂਨ ਲੈਣ ਚੱਲੇ ਹਾਂ, ਜਿੰਨਾ ਕੁ ਹੋ ਸਕਿਆ ਜ਼ਰੂਰ ਸ਼ੂਟ ਕਰਾਂਗੇ ਕਿਉਂਕਿ ਵੈਸੇ ਵੀ ਨਵਦੀਪੇ ਨੇ ਵੀ ਵੇਖਣਾ ਆ, ਸੋ ਜਿੰਨਾ ਹੋ ਸਕਿਆ ਆਪਾਂ ਜ਼ਿਆਦਾ ਤੋਂ ਜ਼ਿਆਦਾ ਜ਼ਰੂਰ ਸ਼ੂਟ ਕਰਾਂਗੇ। ਅਤੇ ਬਾਕੀ ਠੰਡ ਠੁੰਡ ਵਾਹਵਾ ਹੀ ਪਈ ਹੈ, ਤੜਕੇ ਦੇ 6 ਵਜੇ ਆ, ਥੋੜ੍ਹਾ ਬਹੁਤ ਸਮਾਨ ਸਮੂਨ ਲੈਣ ਚੱਲੇ ਹਾਂ ਮੱਲਾਂ ਨੇ, ਸੋ ਚਲੋ ਮਿਲਦੇ ਹਾਂ ਅੱਗੇ ਅੱਗੇ ਜਿੱਦਾਂ ਵੀ ਹੋਊਗਾ। ਉਮੀਦ ਕਰਦੇ ਹਾਂ ਸਾਰਿਆਂ ਨੂੰ ਵਧੀਆ ਲੱਗਦੇ ਹੋਣਗੇ ਵਲੋਗ, ਅਤੇ ਜਿਹਨਾਂ ਪ੍ਰੀਵੀਅਸ ਵਲੋਗ ਨਹੀਂ ਦੇਖੇ ਸਾਰੇ ਚੈਨਲ 'ਤੇ ਅਪਲੋਡ ਨੇ, ਜਲਦੀ ਜਲਦੀ ਜਾਓ ਅਤੇ ਜਾ ਕੇ ਦੇਖੋ। ਅਤੇ ਬਾਕੀ ਕੱਲ੍ਹ ਵਾਲਾ ਅਨਮੋਲ ਵਾਲੇ ਚੈਨਲ 'ਤੇ ਆ ਚੁੱਕਾ, ਅਤੇ ਪਰਸੋਂ ਜਿੱਦਣ ਆਰਾਮ ਕਰਵਾਇਆ ਸੀ ਸੋਰੀ ਉਹ ਮੇਰੇ ਵਾਲੇ ਚੈਨਲ 'ਤੇ ਹੀ ਆ, ਆਪਣੇ ਵਾਲੇ ਇਸੇ ਚੈਨਲ 'ਤੇ, ਸੋ ਜਿਹਨਾਂ ਨੇ ਉਹ ਨਹੀਂ ਦੇਖਿਆ ਉਹ ਵੀ ਦੇਖੋ। ਨਹੀਂ ਸੱਚ, ਜਿਸ ਦਿਨ ਆਰਾਮ ਕਰਾਇਆ ਸੀ ਉਹ ਅਨਮੋਲ ਵਾਲੇ ਚੈਨਲ 'ਤੇ ਆ ਕਿ ਮੇਰੇ ਵਾਲੇ 'ਤੇ? ਹਾਂ ਉਹ ਮੇਰੇ ਵਾਲੇ 'ਤੇ, ਸੋਰੀ ਤਿਆਰੀਆਂ ਵਾਲਾ ਇੱਕ, ਮਤਲਬ ਥੋੜ੍ਹਾ ਬਹੁਤ ਤਿਆਰੀਆਂ ਵਾਲਾ ਵਲੋਗ ਇੱਕ ਉਹ ਆਉਂਦੇ 'ਤੇ ਆ। ਸੋ ਚਲੋ ਮਿਲਦੇ ਹਾਂ, ਮੱਲਾਂ ਵਾਲੇ ਪਹੁੰਚ ਗਏ ਹਾਂ, ਅਤੇ ਦੇਖਦੇ ਹਾਂ ਅੱਗੇ ਅੱਗੇ। ਓਕੇ ਜੀ, ਟਾਟਾ। ਆਹ ਵੇਖ ਲਓ, ਕੱਲ੍ਹ ਟਰੇਡੋ ਟਰਾਲੀ ਚੰਗਾ ਬੁਲਾਇਆ ਅਤੇ ਕੱਲ੍ਹ ਘੱਟ ਲੈ ਗਏ, ਅਤੇ ਹੁਣ ਔਖੇ ਹੋ ਕੇ ਜਾਵਾਂਗੇ, ਲਿਜਾਣੀ ਪੈਣੀ, ਕੀ ਕਰ ਸਕਦੇ ਗੋਪੀ। ਚੱਲ ਗਏ ਫਿਰ, ਤੁਰ ਗਏ, ਲੈ ਗਏ ਵਾਹਿਗੁਰੂ ਦਾ ਨਾਂ। ਹਜੇ ਥੋੜ੍ਹਾ ਸਮਾਨ ਲੈਣਾ ਸੱਚ, ਇਹਨਾਂ ਨੂੰ ਵੇਖ ਲਾ ਸ਼ੀਟਾਂ ਖੋਲ, ਆਹ ਪਰਲੀ ਬਾਰੀ ਖੋਲ ਕੇ ਵੇਖ ਲਾ, ਆਉਂਦੇ ਥੱਲੇ 'ਤੇ ਰੱਖਦੇ ਆਉਣਗੇ ਕਿਤੇ, ਆਹੋ ਆ ਜਾਣ ਥੱਲੇ ਸੇਬੇ ਰੱਖਦੇ। ਤੂੰ ਦੰਦਰ ਜੰਮੀ ਪਈ ਏ, ਚੱਲ 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 ਮਿੱਤਰ ਪਿਆਰਿਆ ਹੋਇਆ, ਮਿੰਟੋ ਮਿੰਟ ਪਹਿਲਾਂ ਤੂੰ ਦਾ ਸੂਤ ਚੱਲ। ਗੱਡੀ ਤਿਆਰੀਆਂ ਚੱਲੀ ਜਾਂਦੀਆਂ ਪੂਰੀਆਂ, ਟਾਈਮ ਵਾਹਵਾ ਹੋਇਆ ਪਿਆ, ਸਾਰੇ ਨਹਾਉਂਦੇ ਪਏ, ਮੈਂ ਨਹਾਉਣਾ। ਪਾਟੋ
ते बढ़िया कोशिशां मतलब कि जल्दी जल्दी बिच हो गया तैयार, पंजा मिंटा बिच आप तैयार हो गए। एक मैं भगत आप वैसे दो मिनट बल नहीं दी, बहुत ज्यादा लेट हो पे, मतलब काम लेट तो की मैं आपका तैयार होने लेट हो पे नहाने धोने, क्योंकि फिर काम कुम है ना, तुम पता घर के काम काम कुम होंगे, सो इस चक्कर काफ़ी लेट हो गए। सो चलो आप हूँ, चलो ठीक है, मिलते हैं, बाय। नानी हैलो, इधर भी सारे कहते हैलो, चंगी तरह विशाल नू ओनू मोड़ के, हां बस ਇਹਨੂੰ ਗਾਂ ਲੰਮਾ ਖਿੱਚਦੇ ਥੱਲੇ ਨੂੰ, ਰਹਿਣ ਦੋ, ਮਿੱਟੀ ਬੜੀ ਲੱਗ ਜਾਣੀ ਹੈ ਬੇ ਯਾਰ, ਪਛਾਣ ਨੂੰ ਖਿੱਚ ਲਓ ਥੋੜਾ ਜਿਹਾ, ਪਛਾਣ ਖਿੱਚ ਲਓ ਉਧਰੋਂ, ਗੋਪੀ ਨੇ ਥੱਲੇ ਆਏ ਨਹੀਂ ਮਦਰ ਭੈਣ ਗੋਰ ਸੈਨ ਸੰਗ ਸੋਭ ਕੈਤ ਮਾਜ ਸੋਦਨ ਜਿਸੇ ਮਾਮਾ, 6 ਵਜੇ ਤਾਂ ਤੂੰ ਉੱਠਿਆ ਹੈ, ਇਹ ਕੀ ਹੋ ਰਿਹਾ, ਇਹ ਪੈਕਿੰਗ ਹੋ ਰਹੀ, ਇਹ ਭਾਜੀ ਦੀ ਪੈਕਿੰਗ ਹੋ ਰਹੀ ਹੈ ਰਿਸ਼ਤੇਦਾਰਾਂ ਲਈ।
ਆ ਸਕਦਾ ਜਿੰਨੇ ਖਾਣੇ ਮੈਨੂੰ ਪਤਾ ਫਿਰ ਕਹੋਗੇ ਭਰਾ ਘਰ ਘੁਰ ਕੇ ਵਿੱਚ ਕਹਿਣ ਡਿਆ ਜੇ ਰਹਿਣ ਤੇ ਕੰਮ ਨਿਬੜ ਕੇ ਵੀ ਆ ਜਾਓ ਅਰੇ ਕੀ ਕਰ ਸਕਦੇ ਉਹ ਆ ਕੀ ਕਰਦਾ ਹੈ ਉਹ ਸਾਰੇ ਮੈਂ ਕਾਲੀ ਪਾਸ਼ ਦੇ ਦੇ ਗੱਲ ਕੋਈ ਨਹੀਂ ਉਹ ਇੱਥੇ ਕਰਦੇ ਮੇਰਾ ਦਿਮਾਗ ਬਲੌਕ ਦੀ ਗੱਲ ਹੋ ਗਿਆ ਜੀ ਕਰ ਸੈਟ ਹੁਣ ਤੁਸੀਂ ਗੱਲਾਂ ਹੀ ਲਾ ਲੈਂਦੇ ਯਾਰ ਮੈਨੂੰ ਹਾਏ ਵੀ ਸਰਦਾ ਵਾਧੂ ਪਏ ਜੀ ਸਤਿਗੁਰੂ ਕਿਰਪਾ ਕਰਨ ਭਾਈ ਕਾਬਲ ਸਿੰਘ ਜੀ ਫੌਜੀ ਸਾਹਿਬਾਨ ਜਿਨ੍ਹਾਂ ਤੇ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕਰਕੇ ਸੇਵਾ ਦੇ ਸੁਭਾਗੇ ਸਮੇਂ ਬਖਸ਼ਿਸ਼ ਕੀਤੇ ਨੇ ਉਹ ਪਰਮਾਤਮਾ ਸ਼ਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪਤਰੀ ਪ੍ਰਭ ਸਵਾਮੀ ਉਹ ਪਰਮਾਤਮਾ ਦੀ ਸ਼ਰਨ ਜਿਹੜਾ ਪੈ ਜਾਂਦਾ ਹੈ ਆਖਦਾ ਹੈ ਗੁਰੂ ਨੂੰ ਪਾਤਸ਼ਾਹ ਤੇਰੀ ਸ਼ਰਨ ਆ ਗਿਆ ਮੈਂ ਤੇਰੀ ਸ਼ਰਨ ਆ ਗਿਆ ਤੂੰ ਕਿਰਪਾ ਕਰਨ ਮੈਂ ਤੇਰੀ ਸ਼ਰਨ ਦੇ ਵਿੱਚ ਆ ਗਿਆ ਤੇ ਕਿਵੇਂ ਨਾਨਕ ਓਟ ਪਤਰੀ ਪ੍ਰਭ ਸਵਾਮੀ ਪਾਤਸ਼ਾਹ ਮੈਂ ਤਾਂ ਤੇਰੇ ਚਰਨਾਂ ਦਾ ਆਸਰਾ ਲਿਆ ਹੈ ਮੈਨੂੰ ਤਾਂ ਤੇਰੇ ਚਰਨਾਂ ਦਾ ਆਸਰਾ ਹੈ ਦੇਵੀ ਤੇ ਤੇਰਾ ਆਧਾਰਾ ਤੂੰ ਹੀ ਹੈ ਪਰਮਾਤਮਾ ਹੈ ਤੂੰ ਹੈ ਤੂੰ ਹੋਵਨਾਰਾ ਤੂੰ ਪਰਮਾਤਮਾ ਤੂੰ ਹੀ ਹੈ ਮੈਂ ਤੇਰੀ ਸ਼ਰਨ ਆ ਗਿਆ ਮੈਨੂੰ ਤੇਰੀ ਟੇਕ ਬਾਦਸ਼ਾਹ ਤੇਰਾ ਆਸਰਾ ਤੇਰੇ ਚਰਨਾਂ ਦਾ ਆਸਰਾ ਚਾਹੀਦਾ ਜਿਹੜਾ ਮੰਗ ਲੈਂਦਾ ਹੈ ਭਾਈ ਉਹਦੇ ਤੇ ਗੁਰੂ ਕਿਰਪਾ ਕਰ ਦਿੰਦਾ ਹੈ ਗਾਵੀਆਂ ਸੁਣੀਆਂ ਮਨ ਰੱਖੀਆਂ ਭਾਵੋ ਦੁੱਖ ਪਰ ਹਰ ਸੁੱਖ ਕਰ ਲੈ ਜਾਂਦੇ ਦੁੱਖ ਦਲਿੱਦਰ ਦੂਰ ਹੋ ਜਾਂਦੇ ਨੇ ਜਿਹੜੇ ਗੁਰੂ ਦੀ ਬਾਣੀ ਨੂੰ ਸੁਣਦੇ ਨੇ ਬਾਣੀ ਨੂੰ ਪੜ੍ਹਦੇ ਨੇ ਉਹਨਾਂ ਦੇ ਦੁੱਖ ਦਲਿੱਦਰ ਦੂਰ ਹੋ ਜਾਂਦੇ ਨੇ ਗੁਰੂ ਕਿਰਪਾ ਕਰੋ ਸੱਚੇ ਪਾਤਸ਼ਾਹ ਭਾਈ ਸਾਹਿਬ ਭਾਈ ਕਾਬਲ ਸਿੰਘ ਦੀ ਫੌਜੀ ਸਾਹਿਬਾਨ ਜਿਹਨਾਂ ਦੇ ਪਰਿਵਾਰ ਤੇ ਆਪ ਜੀ ਨੇ ਬਖਸ਼ਿਸ਼ ਕੀਤੀ ਹੈ ਸਤਿਗੁਰੂ ਕਿਰਪਾ ਕਰਕੇ ਇਹਨਾਂ ਦੇ ਖਾਲ ਨਾਸ਼ ਕਰਨ ਵਾਹਿਗੁਰੂ ਨਾਮ ਚਿਤਿਆ ਨਾਮ ਚਿਤਿਆਉਣ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰੇ ਆਏ ਤਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਸੱਜੇ ਪਿਤਾ ਆਪ ਜੀ ਦਾ ਕੋਟਨ ਕੋਟਾਨ ਧੰਨਵਾਦ ਬੜੀਆਂ ਰਹਿਮਤਾਂ ਬਖਸ਼ਿਸ਼ਾਂ ਕੀਤੀਆਂ ਦੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਸਤਿਗੁਰੂ ਆਪ ਜੀ ਦੇ ਡਰ ਘਰਦੇ ਸਿੱਖ ਸੇਵਕ ਸਵਰਗਵਾਸੀ ਭਾਈ ਬਲਵੰਤ ਸਿੰਘ ਜੀ ਉਹਨਾਂ ਦੇ ਸੁਪੁੱਤਰ ਭਾਈ ਸਾਹਿਬ ਭਾਈ ਕਾਬਲ ਸਿੰਘ ਫੌਜੀ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਸੇਵਕ ਪਰਿਵਾਰ ਆਪ ਜੀ ਦਾ ਸ਼ੁਕਰਾਨਾ ਕਰਨ ਵਾਸਤੇ ਪਰਸੋਂ ਰੋਜ਼ ਤੋਂ ਲੈ ਕੇ ਧੁਰਕੇ ਬਾਣੀ ਆਈ ਇਨ ਸਗਲੇ ਚਿੰਤ ਮਟਾਏ ਜੀ ਕੇ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਸਨ ਆਪ ਦੀ ਮਿਹਰ ਦੁਆਰਾ ਸਤਿਗੁਰੂ ਸੱਚੇ ਪਾਤਸ਼ਾਹ ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਸਤਿਗੁਰੂ ਗੁਰਬਾਣੀ ਸੰਪੂਰਨ ਹੋਈ ਹੈ ਭੋਗ ਪਾਏ ਗਏ ਨੇ ਪਰਸੋਂ ਰੋਜ਼ ਤੋਂ ਲੈ ਕੇ ਆਪਦੇ ਧੂੜੀ ਪਰਦਾਰਾਂ ਨੇ ਆਪ ਜੀ ਦੇ ਪਵਿੱਤਰ ਗੁਰਬਾਣੀ ਦੇ ਜਾਪ ਕੀਤੇ ਨੇ ਘਰਾਲੇ ਪਰਿਵਾਰ ਨੇ ਬੜੀ ਸ਼ਰਧਾ ਭਾਵਨਾ ਰੱਖ ਕੇ ਸੇਵਾ ਕੀਤੀ ਬਾਣੀ ਸਰਵਣ ਕੀਤੀ ਗੁਰਬਾਣੀ ਪੜ੍ਹਦਿਆਂ ਤੋਂ ਸੇਵਾ ਕਰਦਿਆਂ ਬੱਚਿਆਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਣੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਗੁਰੂ ਮਹਾਰਾਜ ਬੱਚਿਆਂ ਦੇ ਆਪ ਸਹਾਰੇ ਹੋਣਾ ਸਨ ਸਹਾਇਤਾ ਕਰਨੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰਨੀ ਸੇਵਕ ਪਰਿਵਾਰ ਵੱਲੋਂ ਸਤਿਗੁਰੂ ਸੱਜੇ ਪਾਤਸ਼ਾਹ ਭੋਗ ਦੀ ਇੱਥੇ ਬਿਲਕੁਲ ਸਮਾਪਤੀ ਹੈ ਆਪ ਕਿਰਪਾ ਕਰਕੇ ਪਵਿੱਤਰ ਹੁਕਮਨਾਮੇ ਬਖਸ਼ੋ ਹੁਕਮਾਂ ਤੇ ਚੱਲਣ ਦੀ ਸਮਰੱਥਾ ਜੋ ਵੀ ਜੇਤਰ ਦਰ ਤੇ ਆਵੇ ਸਵਰਨ ਪ੍ਰਸੰਨ ਜਾਵੇ ਸੁਖ ਹੋਵੇ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਝੂਠੇ ਨਿਸ਼ਾਨਾ ਵਾਲਿਓ ਸਤਿਗੁਰੂ ਰੱਖ ਲਿਓ ਬਿਦਵਾਨੇ ਦੇ ਲਾਜ ਚਿੱਤੋ ਗੁਪਤੋ ਸ਼ਹੀਦੋ ਸਿੰਘੋ ਸਰਬੱਤ ਗੁਰ ਖਾਲਸੇ ਸਿੰਘ ਸਾਹਿਬ ਜੀ ਕੋ ਸਤਿ ਸ੍ਰੀ ਅਕਾਲ ਤੇਗ ਤੇਗ ਫਤਿਹ ਖਾਲਸੇ ਦੀ ਹਰ ਮੈਦਾਨ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਰਮ ਕਰੋ ਏ ਸ਼ਰਮ ਕਰੋ
गोपी गोपी रोड़ा थले थले रखा थले रखा मैं थले टोकरा दी ना पे देना थले थोड़ी कैंड दी ना होंगे चीक मार कमॉन ओए उधर स्पीकर ना चला दो स्पीकर ना चला दो उधर स्पीकर नहीं चल दो या जा गो थोड़ा दूर रख माइक इतने ए इन्ने ग्रास बाजे इन्ने ग्रास भाई ठीक है जा बाहर जा गोपी गोपी पैसे रोटी खाली जाने हेलो खेती कार साड़ा प्रोसेस रह गया साड़ा प्रोसेस बिच रह गया छेती करो सोच छड़ गोपी गाने
ਬੀਬੀਆਂ ਕਿਰਪਾ ਸਾਡੇ ਆ ਧਿਆਨ ਦੇ ਆਪ ਦੀਆਂ ਚੁਗਲੀਆਂ ਵਿੱਚ ਨਾ ਦੇ ਬੀਬੀਆਂ ਦਾ ਸਾਡੇ ਆ ਧਿਆਨ ਹੀ ਨਹੀਂ ਹੈ एक बजना नहीं चाहिए मिनट मिनट कर तू सारा कट्ठा तू उत्ते ना उठ जी घूमता घूमता कि मिनट मारो मिनट मारो आहो 14 148 148 150 200 थालियां है ना प्लेटा अंदर उत्थे वेख जिथे भांडे मांजनी है ना ओही फड़ो तेरे खालियां ते होने किवें पिंड च वंड गया वा मैनू तो 3 दिन घर दिखते ही ना हुआ लभ गई ले यार खोआ मरी जानी सही है भाई दुध का खोआ वैसे तो खर्चे ही इना दुध में फिर फालतू ले लिया चक तो बजना नहीं चाहिए कुछ भी वैदे का राह छुट गए सारे चक्कर जिन्ने उड्डे सुख सुख है अपना सारा खंड अपना वधिया बाबा बड़ा तेज आधा वेर के ले लड़ा रहा अपना वधिया एकदम घैंट आ रहा काम
ਬਹੁਤ ਵਧੀਆ ਸੁੱਖ ਸ਼ਾਂਤੀ ਨਾਲ ਆਪਣਾ ਅਖੰਡ ਪਾਠ ਸਾਹਿਬ ਦਾ ਹਨਾ ਭੋਗ ਪੈ ਚੁੱਕਿਆ। ਸੋ ਹੁਣ ਆਪਾਂ ਸੋਰੀ ਜ਼ਿਆਦਾ ਨਹੀਂ ਬਣਿਆ, ਕੁਝ ਵੀ ਨਹੀਂ ਮੈਨੂੰ ਲੱਗਦਾ ਅੱਜ ਬਣਿਆ ਖਾਸ, ਪਰ ਫਿਰ ਵੀ ਜਿੰਨਾ ਕੁ ਬਣਿਆ ਅਪਲੋਡ ਕਰ ਦਾਂਗੇ। ਬਾਕੀ ਖਾਸ ਜ਼ਿਆਦਾ ਨਹੀਂ ਬਣਿਆ ਅਤੇ ਜਿੰਨਾ ਕੁ ਵੀ ਬਣਿਆ ਹੋਇਆ ਆਪਾਂ ਜ਼ਰੂਰ ਅਪਲੋਡ ਕਰਾਂਗੇ। ਉਮੀਦ ਕਰਦੇ ਤੁਹਾਨੂੰ ਬਾਕੀ ਕਮੈਂਟ ਕਰਕੇ ਤੁਸੀਂ ਦੱਸ ਹੀ ਦੇਣਾ ਕਿੱਦਾਂ ਦਾ ਹੈ ਕਿੱਦਾਂ ਦਾ ਨਹੀਂ, ਕਿਉਂਕਿ ਉਮੀਦ ਕਰਦੇ ਵਧੀਆ ਹੀ ਲੱਗੂਗਾ ਹੈ ਨਾ, ਕਿ ਚਲੋ ਜਿੰਨਾ ਕੁ ਵੀ ਬਣਿਆ ਆਪਾਂ ਪਾ ਦਾਂਗੇ। ਅਤੇ ਬਸ ਹੁਣ ਸਮਾਨ ਛੱਡ ਜਾਂਦੇ ਆਪਾਂ ਘੱਟ ਘੱਟ ਕੀਤਾ ਭਾਈ, ਰੇਲ ਬਣੀ ਪਈ ਸਮਾਨ ਲੱਤ ਗਿਆ, ਪਰ ਮੈਂ ਹੋਇਆ ਲਹੂ ਲਵਾਣ, ਮੈਨੂੰ ਲੱਗਦਾ ਸਾਰਾ ਨਹੂ ਜਾਊਗਾ ਗੋਪੀ ਹੋਏ ਬਲੇ ਨਾਨੀ ਕੁਆ ਮਾਰ ਕੇ ਸਾਹ ਲੈਣਾ ਹੀ ਅੱਜ। ਆਪਣੀ ਤਾਂ ਤੇਰੀ ਜੁੱਤੀ ਲੁਕੋ ਲੈਣੀ ਮੰਮੀ ਪੂਰੀ ਪੂਰੀ ਗਰਮ ਹੋ ਚੁੱਕੀ ਆ, ਦੋ ਕੁ ਮਿੰਟ ਕੁਛ ਨਹੀਂ ਹੋਣਾ ਦੀ ਮੰਮੀ ਨੇ ਨਾ ਫੜਾਇਆ ਤੇ ਮੰਮੀ ਨੇ ਉਹ ਫੋਨ ਦੇ ਵਿੱਚੋਂ ਕੱਢ ਕੇ ਚਪੇੜ ਮਾਰਨੀ ਹੁੰਦੇ ਕੁਰਸੀ ਛੱਡ ਕੇ ਖੜਾ ਹੋ ਗਿਆ ਤੇ ਪਿੱਛੇ ਕਰਕੇ ਨਹੀਂ ਬੜਾ ਸਵਾਦ ਜੇ ਆ ਖਾ ਕੇ ਵੇਖੋ, ਉਹ ਵਿੱਚ ਨਾ ਮਾਰਿਓ, ਬਣ ਗਿਆ ਮਿੱਤਰੋ ਖੋਆ, ਚੋਕਲੇਟ ਹੀ ਲੱਗਣ ਦੀ। ਆਪਾਂ ਤਾਂ ਹੀ ਖਾ ਲੈਣਾ ਹਾਂਜੀ। ਲਓ ਵੀ ਮਿੱਤਰੋ ਗੁੱਡ ਮੋਰਨਿੰਗ, ਅਤੇ ਸੋਰੀ ਕੱਲ੍ਹ ਉਦੋਂ ਬਾਅਦ ਵਲੌਗ ਵਲੂਗ ਕੁਛ ਨਹੀਂ ਬਣਿਆ, ਬਹੁਤ ਥੱਕ ਗਏ ਸੀ, ਐਂਡਿੰਗ ਵੀ ਅੱਜ ਅਗਲਾ ਦਿਨ ਆ ਮੈਂ ਅਗਲੇ ਦਿਨ, ਹਾਂ ਕਲਾਰਾ ਕਲੂਰਾ ਪਿਆ ਆ, ਆਲਮੋਸਟ ਸਾਰਾ ਸਮਾਨ ਸਾਂਭ ਚੁੱਕੇ, ਪਰ ਫਿਰ ਵੀ ਮਾੜਾ ਮੋਟ ਜਿਹਾ ਪਿਆ ਆ, ਇਹਨੂੰ ਕਰਦੇ ਹਾਂ ਇਕੱਠਾ। ਅਤੇ ਸੋਰੀ ਕੱਲ੍ਹ ਨੂੰ ਐਂਡਿੰਗ ਵੀ ਅੱਜ ਨੈਕਸਟ ਡੇ ਕਰਨ ਲੱਗਾ, ਸੋ ਉਮੀਦ ਕਰਦੇ ਹਾਂ ਤੁਹਾਨੂੰ ਵਲੌਗ ਵਧੀਆ ਲੱਗਾ ਹੋਊਗਾ, ਜਿੰਨਾ ਕੁ ਵੀ ਛੋਟਾ ਮੋਟਾ ਜਿਹਾ ਬਣਿਆ, ਜੇ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਜ਼ਰੂਰ ਕਰਿਓ ਅਤੇ ਦੱਸਿਓ ਕਿੱਦਾਂ ਦਾ ਲੱਗਾ ਆ। ਅਤੇ ਕੱਲ੍ਹ ਨੂੰ ਆ ਨਵਦੀਪੇ ਦਾ ਬਰਥਡੇ, ਉਹ ਵੀ ਵਲੌਗ ਆਊਗਾ, ਕਰਾਂਗੇ ਮਾੜਾ ਮੋਟਾ ਸੈਲੀਬ੍ਰੇਟ ਜਿੰਨਾ ਕੁ ਹੋ ਪਾਇਆ। ਅਤੇ ਚਲੋ ਠੀਕ ਆ, ਮਿਲਦੇ ਆਪਾਂ ਅਗਲੇ ਵਲੌਗ ਦੇ ਵਿੱਚ, ਅਤੇ ਥੱਲੇ ਸਾਰੇ ਲਿੰਕ ਦਿੱਤੇ ਆ, ਜ਼ਰੂਰ ਫੋਲੋ ਕਰੋ ਇੰਸਟਾਗ੍ਰਾਮ ਵਗੈਰਾ ਸਭ ਕੁਛ, ਅਤੇ ਜਿੰਨੇ ਜਿੰਨਾ ਹਜੇ ਤੱਕ ਨਹੀਂ ਫੋਲੋ ਕੀਤਾ ਜਲਦੀ ਜਲਦੀ ਜਾ ਕੇ ਫੋਲੋ ਕਰ ਲਓ, ਅਤੇ ਲਾਈਕ ਜ਼ਰੂਰ ਕਰਿਓ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿੱਦਾਂ ਦਾ ਲੱਗਾ ਆ। ਚਲੋ ਠੀਕ ਆ, ਮਿਲਦੇ ਹਾਂ ਅਗਲੇ ਵਲੌਗ ਦੇ ਵਿੱਚ, ਅਤੇ ਥੱਲੇ ਸਾਰੇ ਲਿੰਕ ਦਿੱਤੇ ਆ ਡਿਸਕ੍ਰਿਪਸ਼ਨ ਦੇ ਵਿੱਚ, ਸਾਰੇ ਸੋਸ਼ਲ ਮੀਡੀਆ ਦੇ, ਜਲਦੀ ਜਲਦੀ ਜਾਓ ਅਤੇ ਫੋਲੋ ਕਰੋ ਜਿਹਨਾਂ ਨਹੀਂ ਕੀਤਾ, ਜਲਦੀ ਕਰ ਲਓ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ। ਚਲੋ ਠੀਕ ਆ, ਬਾਏ, ਮਿਲਦੇ ਹਾਂ ਅਗਲੇ ਵਲੌਗ 'ਚ।